ਇਸ ਵੇਲੇ ਸਾਡੇ ਨਾਲ ਸਟੂਡੀਓ ਵਿੱਚ ਬੈਠੇ ਨੇ ਸਦਾਰ ਜਸਵੀਰ ਸਿੰਘ ਜੀ ਪੱਟੀ ਪੰਜਾਬ ਪੱਤਰਕਾਰ ਯੂਨੀਅਨ ਦੇ ਪ੍ਰਧਾਨ ਨੇ ਔਰ ਉਹਨਾਂ ਨਾਲ ਅਸੀਂ ਦੋ ਜਾਂ ਤਿੰਨ ਵਿਸ਼ਿਆਂ ਤੇ ਗੱਲ ਕਰ ਰਹੇ ਹਾਂ ਸਭ ਤੋਂ ਪਹਿਲਾਂ ਅਸੀਂ ਗੱਲਵਾ ਕਰ ਰਹੇ ਹਾਂ ਅੱਜ ਜੋ ਕਿ ਸਾਡੇ ਸਿੱਖ ਸੰਸਥਾਵਾਂ ਦੇ ਜੇ ਸਾਡੇ ਸਾਡੇ ਸਿੰਘ ਸਾਹਿਬ ਨੇ ਗਿਆਨੀ ਹਰਪ੍ਰੀਤ ਸਿੰਘ ਜੀ ਜੋ ਉਹਨਾਂ ਨੇ ਬਿਆਨ ਦਿੱਤਾ ਆ ਉਹ ਬੜਾ ਚਿੰਤਾ ਦਾ ਵਿਸ਼ਾ ਆ ਉਹਨਾਂ ਨੇ ਬਿਆਨ ਦਿੱਤਾ ਹੈ ਕਿ ਜੇ ਪਾਕਿਸਤਾਨ ਦੇ ਵਿੱਚ ਵੀ ਅਸੀਂ ਸੇਫ ਨਹੀਂ ਹੈਗੇ ਤੇ ਭਾਰਤ ਵਿੱਚ ਵੀ ਕਥੋ ਤੱਕ ਸੇਫ ਹਾਂ ਤੁਹਾਡਾ ਪੱਟੀ ਸਾਹਿਬ ਦਾ ਬੜਾ ਸਵਾਗਤ ਹੈ ਇਸ ਚੈਨਲ ਦੇ ਵਿੱਚ ਔਰ ਤੁਸੀਂ ਇਹ ਸਿੰਘ ਸਾਹਿਬਾ ਜੋ ਬਿਆਨ ਦਿੱਤਾ ਹੈ ਕਿ ਵਾਕਈ ਇਹ ਚਿੰਤਾ ਦਾ ਵਿਸ਼ਾ ਹੈ ਜੀ ਸ਼ੁਕਰੀਆ ਜੀ ਪਹਿਲੀ ਗੱਲ ਤੇ ਇਹ ਆ ਭੀ ਜਹਦਰ ਅਕਾਲ ਤਖਤ ਨੇ 6 ਤਰੀਕ ਨੂੰ ਇਹ ਬਿਆਨ ਦਾਗਿਆ ਸੀ ਅਕਾਲ ਤਖਤ ਤੋਂ ਜਦੋਂ ਉਹ ਬੈਠੇ ਸੀ ਪੱਤਰਕਾਰ ਨਾਲ ਗੱਲ ਕਰਦੇ ਸੀ ਤੇ ਮੈਂ ਉਹਨਾਂ ਨੂੰ ਸਵਾਲ ਕੀਤਾ ਸੀ ਮੈਂ ਕਹਾਂ ਜੀ ਸਿੰਘ ਸਾਹਿਬ ਜੀ ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਪਾਕਿਸਤਾਨ ਸਿੱਖ ਸੇਫ ਨਹੀਂ ਜਿਸ ਤਰ੍ਹਾਂ ਸਾਡੇ ਗੁਰਦੁਆਰਾ ਨਨਕਾਣਾ ਸਾਹਿਬ ਤੇ ਹਮਲਾ ਹੋਇਆ ਇੱਕ ਸਿੱਖ ਦਾ ਮਰਡਰ ਹੋ ਗਿਆ ਉਹ ਤੇ ਕੀ ਮਹਿਸੂਸ ਕਰਦੇ ਹੋ ਜੀ ਉਹਨੇ ਕਹ ਜੀ ਇੱਥੇ ਕੋਈ ਸ਼ੱਕ ਵਾਲੀ ਗੱਲ ਨਹੀਂ ਪਾਕਿਸਤਾਨ ਸਿੱਖ ਸੇਫ ਨਹੀਂ ਮਿਨੋਰਟੀਆ ਤੇ ਖਤਰਾ ਲੇਕਿਨ ਹਿੰਦੁਸਤਾਨ ਦੇ ਵਿੱਚ ਮਿਨੋਰਟੀਆ ਖਤਰੇ ਦੇ ਵਿੱਚ ਜੀ ਉਹਨੇ ਕਹ ਸਿੱਖਾਂ ਦੀ ਜੇ ਗੱਲ ਕਰ ਲਈਏ ਤੇ ਸਿੱਖਾਂ ਦੀ ਅੱਜ ਵੇਖੋ ਸਾਡੇ ਸਿੱਖ ਜਿਹੜੇ ਮੱਧ ਪ੍ਰਦੇਸ਼ ਵਿੱਚੋਂ ਉਜਾੜੇ ਜਾ ਰਹੇ ਨੇ ਜੀ ਜਿਹੜੇ ਸਾਡੇ ਗੁਜਰਾਤ ਦੇ ਸਿੱਖ ਨੇ ਉਹਨਾਂ ਦੇ ਉੱਤੇ ਉਜਾਲੇ ਦੀ ਜਿਹੜੀ ਆ ਉਹ ਤਲਵਾਰ ਲਟਕ ਰਹੀ ਹੈ ਸਾਡਾ ਜੁਪੀ ਦੇ ਵਿੱਚ ਜਿਹੜਾ ਵਾ ਉਹ ਨਗਰ ਕੀਰਤਨ ਦੇ ਉੱਤੇ ਪਾਬੰਦੀ ਲਾ ਦਿੱਤੀ ਗਈ ਹੈ ਪਾਬੰਦੀ ਲਾਉਣ ਤੋਂ ਬਾਅਦ ਸਾਡੀ ਜਿਹੜੀ ਪਾਲਕੀ ਸਾਹ ਵਾਲੀ ਗੱਡੀ ਸੀ ਉਹ ਮਾਲ ਮਕਦਮਾ ਬਣਾ ਦਿੱਤੀ ਗਈ ਹੈ ਜੀ ਉਹਦੇ ਨਾਲ ਨਿਸ਼ਾਨਸੇ ਵੀ ਅੱਗੇ ਲੈ ਕੇ ਚੱਲ ਰਿਆ ਸੀ ਉਹ ਮਾਲ ਮਕਦਮਾ ਬਣਾ ਦਿੱਤਾ ਗਿਆ ਉਹਦੇ ਨਾਲ ਚੱਲ ਜੋ ਤੁਸੀਂ 5 5 ਸਿੱਖਾਂ ਦੇ ਬਾਈ ਨੇਮ ਤੇ ਪੰਜਾਬ ਹੋਰਾਂ ਦੇ ਖਿਲਾਫ ਜਿਹੜਾ ਪਰਚਾ ਦਰਜ ਕੀਤਾ ਗਿਆ ਉਹ ਇਹ ਚਿੰਤਾ ਦਾ ਵਿਸ਼ਾ ਵੇ ਇਹਦੇ ਬਾਰੇ ਜਿਹੜੀ ਆ ਉਹ ਸਿੱਖ ਜਿਹੜੇ ਹਿੰਦੁਸਤਾਨ ਦੇ ਵਿੱਚ ਸੇਫ ਨਹੀਂ ਗਏ ਸਾਡੇ ਤਿੰਨ ਗੁਰਦੁਆਰੇ ਜਿਹੜੇ ਇੱਕ ਮੱਠੂ ਮੰਗ ਮੰਗੂ ਮੱਠ ਜਿਹੜਾ ਬਾ ਉੜੀਸਾ ਦੇ ਵਿੱਚ ਉਹ ਸੇਫ ਨਹੀਂ ਗਾ ਡਾਂਗਮਾਰਗ ਗੁਰਦੁਆਰਾ ਸਿੱਕਮ ਦੇ ਵਿੱਚ ਜਿਹੜਾ ਸਾਡਾ ਵਾ ਉਹ ਕਬਜਾ ਬੋਧੀਆਂ ਨੇ ਕਬਜਾ ਕਰਾ ਦਿੱਤਾ ਗਿਆ ਉੱਥੇ ਜਿਹੜਾ ਗਿਆਨ ਗੋਦਰੀ ਗਦਰਾ ਢਾਇਆ ਗਿਆ ਅਸੀਂ ਅੱਜ ਤੱਕ ਸਾਨੂੰ ਉਹਦੀ ਜਿਹੜੀ ਵਿਰਾਸਤੀ ਵਾਲੀ ਜਗ੍ਹਾ ਮਿਲੀ ਨਹੀਂ ਅੱਜ ਤੱਕ ਗੁਰਦੁਆਰਾ ਦੁਬਾਰਾ ਬਣਾਉਣ ਦੀ ਇਸ ਕਰਕੇ ਅਸੀਂ ਕਿਵੇਂ ਕਹ ਜੀ ਭਿੰਦੋਸਤਾਨ ਵਿੱਚ ਸੇਫ ਨਹੀਂ ਗਏ ਜਿਹੜੀ ਮਾਨਸਾਭ ਦੀ ਖਾਲਸਾਣ ਦੀ ਗੱਲ ਉਹਨਾਂ ਕੀਤੀ ਵੀ ਅਸੀਂ ਮਾਨਸਾਭ ਦੀ ਖਾਲਸਾਣ ਦੇ ਵਿਰੁੱਧ ਨਹੀਂ ਲੇਕਿਨ ਉਹਨਾਂ ਨੂੰ ਵਰਕਰਮਾ ਦੇ ਵਿੱਚ ਜਿਹੜੇ ਸੀ ਉਹ ਨਾਰੇ ਨਹੀਂ ਚਲਾਉਣੇ ਚਾਹੀਦੇ ਖਾਲਸਾਣ ਦੇ ਜੇ ਉਹਨਾਂ ਨਾਰੇ ਲਾਉਣੇ ਸੀ ਤੇ ਬਾਹਰ ਲਾਉਦੇ ਅਸੀਂ ਉਹਨਾਂ ਦੇ ਖਾਲਸਾਣ ਦੇ ਖਿਲਾਫ ਨਹੀਂ ਹੋ ਜੀ ਸਕਦੇ ਆਪਣੀ ਮੰਗ ਰੱਖਣ ਰੱਖਣੀ ਚਾਹੀਦੀ ਹੈ ਸ਼ਾਂਤਮਈ ਤਰੀਕੇ ਨਾਲ ਉਹਨਾਂ ਨੂੰ ਆਪਣਾ ਅਧਿਕਾਰ ਹੈ ਲੇਕਿਨ ਇਹਦੇ ਤੇ ਟਿੱਪਣੀ ਕੀਤੀ ਹੈ ਕੈਪਟਨ ਮਰਿੰਦਰ ਸਿੰਘ ਨੇ ਜੀ ਕੈਪਟਨ ਮਰਿੰਦਰ ਸਿੰਘ ਮੁੱਖ ਮੰਤਰੀ ਨੇ ਕਿਹਾ ਵੀ ਇਹ ਚਿੰਤਾ ਦਾ ਵਿਸ਼ਾ ਵਾ ਜਿਹੜੀ ਚਿੰਤਾ ਪ੍ਰਗਟ ਜਹਦਰ ਕਾਲ ਤਖਤ ਨੇ ਕੀਤੀ ਬਿਲਕੁਲ ਠੀਕ ਕੀਤੀ ਆ ਜੀ ਔਰ ਚਿੰਤਾ ਦੇ ਵਿਸ਼ਾ ਤੇ ਸ਼੍ਰੋਮਣੀ ਅਕਾਲੀ ਦਲ ਅੱਜ ਜਿਹੜਾ ਕੇਂਦਰ ਦੇ ਚ ਭਾਈਵਾਲ ਆ ਤੇ ਸ਼੍ਰੋਮਣੀ ਅਕਾਲੀ ਦਲ ਨੂੰ ਇਹ ਆਵਾਜ਼ بلند ਕਰਨੀ ਚਾਹੀਦੀ ਹੈ ਜਿਹੜੀ ਜਹਦਰ ਚਿੰਤਾ ਪ੍ਰਗਟ ਕੀਤੀ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕਰਨੀ ਚਾਹੀਦੀ ਹੈ ਸ਼੍ਰੋਮਣੀ ਕਮੇਟੀ ਨੂੰ ਕਰਨੀ ਚਾਹੀਦੀ ਹੈ ਜੀ ਜੇ ਕੇਂਦਰ ਸਰਕਾਰ ਕੋਈ ਗੌਰ ਨਹੀਂ ਫਰਮਾਉਂਦੀ ਤੇ ਬੀਬੀ ਹਰਸ਼ਿੰਦਰ ਕੌਰ ਨੂੰ ਤੁਰੰਤ ਅਸਿਫਾ ਦੇ ਕੇ ਉਹ ਸਰਕਾਰ ਚੋਂ ਬਾਹਰ ਜਾਣਾ ਚਾਹੀਦਾ ਵਾ ਜੀ ਇਸ ਕਰਕੇ ਮੈਂ ਮਹਿਸੂਸ ਕਰਦਾ ਵੀ ਇਹ ਜਿਹੜੀ ਚਿੰਤਾ ਜਿਹੜਾ ਨੇ ਪ੍ਰਗਟ ਕੀਤੀ ਹੈ ਬਿਲਕੁਲ درست ਕੀਤੀ ਹੈ ਸਿੱਖ ਵਾਪੀਆ ਹੀ ਜੇ ਪਾਕਿਸਤਾਨ ਸੇਫ ਨਹੀਂ ਤੇ ਹਿੰਦੁਸਤਾਨ ਦੇ ਵਿੱਚ ਸੇਫ ਨਹੀਂ ਨਨਕਾਣਾ ਸਾਹਿਬ ਦੇ ਉੱਤੇ ਜੇ ਹਮਲੇ ਬੰਗਲ ਕਰਦੇ ਆ ਕੁਝ ਨਿੱਜੀ ਲੜਾਈ ਨੂੰ ਲੈ ਕੇ ਜਿਹੜਾ ਸੀ ਉੱਤੇ ਹਮਲਾਇਆ ਉਹਨੂੰ ਫਿਰਕੂ ਰੂਪ ਦੇਣ ਦੀ ਕੋਸ਼ਿਸ਼ ਕੀਤੀ ਲੇਕਿਨ ਉੱਥੋਂ ਦੇ ਲੋਕਾਂ ਨੇ ਫਿਰਕੂ ਉਹ ਲੜਾਈ ਨਹੀਂ ਬਣ ਦਿੱਤੀ ਜੀ ਪ੍ਰਸ਼ਾਸਨ ਅਤੇ ਸਰਕਾਰ ਨੇ ਤੁਰੰਤ ਕਾਰਵਾਈ ਕਰਕੇ ਉਸ ਦੋਸ਼ੀਆਂ ਦੇ ਖਿਲਾਫ ਮੁਕੱਦਮਾ ਦਰਜ ਕਰਕੇ ਨੌਨ ਅਵੇਲੇਬਲ ਜਿਹੜਾ ਮੁਕੱਦਮਾ ਦਰਜ ਕਰਕੇ ਅੱਜ ਜੇਲ੍ਹ ਚ ਬੰਦੇ ਸੁੱਟੇ ਨੇ ਜੀ ਇਸ ਕਰਕੇ ਉਹ ਸਾਡੇ ਨਾਲੋਂ ਤੋਂ ਉਹ ਉਹ ਬੈਟਰ ਜਿੱਥੇ ਸਾਡੀ ਜੀ ਜੂਪੀ ਦੇ ਵਿੱਚ ਜਿਹੜੇ ਅਧਿਕਾਰੀਆਂ ਨੇ ਸਾਡਾ ਨਿਸ਼ਾਨ ਸਭ ਜ਼ਬਤ ਕੀਤਾ ਗੱਡੀ ਪਾਲਕੀ ਸਭ ਜੋ ਕੀਤੀ ਝੂਠੇ ਪਕੜਵੇਂ ਦਰਜ ਕੀਤੇ ਜੀ ਬਹਾਨਾ ਇਹ ਲਾਇਆ ਪੀ 144 ਦੀ ਉਲੰਘਣਾ ਕੀਤੀ ਆ ਉਹ ਭਾਈ 144 ਸਿਰਫ ਹੁੰਦੀ ਆ ਵੀ ਤੁਸੀਂ ਸਰਕਾਰ ਦੇ ਖਿਲਾਫ ਕੋਈ ਆਵਾਜ਼ ਬੁਲੰਦ ਨਹੀਂ ਕਰ ਸਕਦੇ ਜੀ ਤੁਸੀਂ ਚਾਰ ਪੰਜ ਬੰਦੇ ਬਹਿ ਕੇ ਕੋਈ ਸਿਆਸੀ ਮੀਟਿੰਗ ਨਹੀਂ ਕਰ ਸਕਦੇ ਤੁਸੀਂ ਜੀ ਇਹ ਸਾਡਾ ਧਾਰਮਿਕ ਅਕੀਦਾ ਸੀ ਧਰਮ ਜਿਹੜਾ ਸਭ ਨੂੰ ਜਿਹੜੇ ਬਰਾਬਰ ਦੇ ਅਧਿਕਾਰ ਦਿੰਦਾ ਵਾ ਹਿੰਦੁਸਤਾਨ ਦਾ ਜਿਹੜਾ ਸਾਡਾ ਸਰਦਾਰਨ ਉਹਦੇ ਵਿੱਚ ਹਰ ਇੱਕ ਵਿਅਕਤੀ ਨੂੰ ਧਾਰਮਿਕ ਆਜ਼ਾਦੀ ਦਾ ਅਧਿਕਾਰ ਆ ਤੇ ਸਾਡੀ ਜਿਹੜੀ ਆਜ਼ਾਦੀ ਖੋਈ ਜਾ ਰਹੀ ਹੈ ਇਹਦੇ ਕਰਕੇ ਮੈਂ ਸੋਚਦਾ ਵੀ ਵਾਕਿਆ ਹੀ ਉਹਨਾਂ ਜਿਹੇ ਦਾ ਜਿਹੇ ਦਾ ਸਾਹਿਬ ਦੀ ਜਿਹੜੀ ਆਪਣੀ ਉਹਨਾਂ ਦੀ ਚਿੰਤਾ ਵਾ ਬਿਲਕੁਲ درست ਆ ਵੀ ਹਿੰਦੁਸਤਾਨ ਦੇ ਵਿੱਚ ਸਿੱਖ ਸੇਫ ਨਹੀਂ ਤੇ ਸਿੱਖਾਂ ਦੀ ਸੇਫਟੀ ਵਾਸਤੇ ਜਦੋਂ ਮਾਨ ਸਾਹਿਬ ਨੂੰ ਪੁੱਛਿਆ ਗਿਆ ਤੇ ਉਹਨਾਂ ਦਾ ਪੱਖ ਔਰ ਸੀਗਾ ਉਹਨਾਂ ਨੇ ਕਿਹਾ ਵੀ ਜਿੰਨਾ ਚਿਰ ਤੱਕ ਸਿੱਖਾਂ ਨੂੰ ਆਪਣੀ ਹਿੰਦੁਸਤਾਨ ਪਾਕਿਸਤਾਨ ਤੇ ਚਾਈਨਾ ਦੇ ਵਿਚਕਾਰ ਇੱਕ ਬਫਰ ਸਟੇਟ ਨਹੀਂ ਮਿਲਦੀ ਉਹਨਾਂ ਚਿਰ ਤੱਕ ਸਿੱਖਾਂ ਤੇ ਹਮਲੇ ਹੁੰਦੇ ਰਹਿਣਗੇ ਸਿੱਖਾਂ ਦੇ ਅਧਿਕਾਰ ਖੋਏ ਜਾਂਦੇ ਰਹਿਣਗੇ ਸਿੱਖ ਕਤਲ ਵੀ ਹੁੰਦੇ ਰਹਿਣਗੇ ਉਹਨਾਂ ਦੇ ਵਰਤਮ ਵੀ ਜਿਹੜੇ ਬਰਬਾਦ ਕੀਤੇ ਜਾਣਗੇ ਇਸ ਕਰਕੇ ਸਾਨੂੰ ਬਫਰ ਸਟੇਟ ਦਿੱਤੀ ਜਾਵੇ ਲੇਕਿਨ ਜਿਹਹਦਰ ਦੀ ਚਿੰਤਾ ਦੀ ਪ੍ਰਗਟ ਕਰਨੀ ਉਹ ਬੜਾ ਵੱਡਾ ਇੱਕ ਸੰਦੇਸ਼ ਦਿੰਦੀ ਹੈ ਜੀ ਇਹ ਤਾਂ ਸਿੱਖਾਂ ਦੀ ਗੱਲ ਹੋਈ ਪੱਟੀ ਸਾਬ ਮੈਂ ਥੋੜਾ ਰੋਖ ਮੋੜਦਾ ਹਾਂ ਜੋ ਸੁਲੇਮਾਨੀ ਦਾ ਮੌਤੇ ਜੋ ਵੀ ਕੁਝ ਹੋਇਆ ਹੈ ਔਰ 트੍ਰੰਪ ਨੇ ਬੜਾ ਵੱਡਾ ਬਿਆਨ ਦਿੱਤਾ ਆ ਕਿ ਮੈਂ ਆਉਣ ਵਾਲੇ ਸਮੇਂ ਚ ਬਹੁਤ ਵੱਡਾ ਇਥੇ ਹਮਲਾ ਕਰੂੰਗਾ ਇਰਾਨ ਤੇ ਔਰ ਇਹਦੇ ਨਜ਼ਰੀਏ ਤੋਂ ਕੀ ਸੋਚਦੇ ਬਿਲਡਰ ਸੁਲੇਮਾਨੀ ਅਜੀ ਬਰਗੇਡੀਅਰ ਸੁਲੇਮਾਨੀ ਕਮਾਂਡਰ ਸੀ ਉਹਨਾਂ ਦੀ ਆਰਮੀ ਦਾ ਉਹ ਬੜਾ ਸੁਲਝਿਆ ਹੋਇਆ ਤੇ ਬੜਾ ਐਕਸਪਰਟ ਬੰਦਾ ਸੀ ਜਦੋਂ ਸੀਰੀਆ ਦੇ ਵਿੱਚ ਤਖਤਾ ਪਟਲ ਦੀ ਗੱਲ ਹੋਈ ਤੇ ਸੀਰੀਆ ਦੇ ਰਾਸ਼ਟਰਪਤੀ ਦੀ ਜਿਹੜੀ ਚ ਲੜਾਈ ਉਸ ਵਿਅਕਤੀ ਨੇ ਲੜੀ ਸੀ ਉਸ ਤਰੀਕੇ ਨਾਲ ਜਿਸ ਜਿਸ ਤਰੀਕੇ ਨਾਲ ਲੜਾਈ ਕੀਤੀ ਤੇ ਫਿਰ ਸੀਰੀਆ ਦੇ ਰਾਸ਼ਟਰਪਤੀ ਦੀ ਬਚਾਅ ਹੋ ਗਿਆ ਸੀ ਜੀ ਸ਼ਾਇਦ ਉਹਦਾ ਮਰਡਰ ਵੀ ਹੋ ਜਾਂਦਾ ਤੇ ਸੀਰੀਆ 'ਚ ਅੰਜ ਪ੍ਰਟਾ ਵੀ ਹੋ ਜਾਂਦਾ ਜੀ ਉਦੋਂ ਬਚਾਉਣ ਵਾਲਾ ਇਹ ਸੁਲੇਮਾਨੀ ਸੀ ਉਹਨੂੰ ਜੀ ਉਹਦੇ ਨਾਲ ਜਿਹੜੀ ਸੁਲੇਮਾਨੀ ਦੀ ਇਹ ਗੱਲ ਸੀ ਸੁਦੇਵਾਲੀ ਇੰਨਾ ਕਿ ਐਕਸਪਰਟ ਸੀ ਕਿ ਵੀ ਜਿਹੜੀ ਵੀ ਰਣਨੀਤੀ ਬਣਾਉਂਦੀ ਸੀ ਇਹ ਸਿੱਧਾ ਰਾਸ਼ਟਰਪਤੀ ਨਾਲ ਉਹਦਾ ਆਪਣਾ ਖੁਮੈਨਿਆਂ ਨਾਲ ਸਿੱਧਾ ਰਿਸ਼ਤਾ ਪ੍ਰਾਪਤਾ ਸੀ ਉਹਨੂੰ ਕਿਸੇ ਨੂੰ ਪੁੱਛਣਾ ਨਹੀਂ ਸੀ ਪੈਂਦਾ ਜੀ ਤੇ ਉਹ ਜਦੋਂ ਰਾਬਤਾ ਕੱਮ ਕਰਦਾ ਸੀਗਾ ਤੇ ਉਹਦੇ ਤੋਂ ਜਿਹੜੀ ਸੀ ਇਹ ਸਾਡਾ ਜਿਹੜਾ ਅਮਰੀਕਾ ਬਹੁਤ ਦੁਖੀ ਸੀਗਾ ਜੀ ਉਹਨੇ ਕੋਈ ਜਿਹੜੇ ਦਿਨੇ ਬਿਆਨ ਦਿੱਤੇ ਅਮਰੀਕਾ ਦੇ ਖਿਲਾਫ ਠੋਕ ਠੋਕ ਕੇ ਦਿੱਤੇ ਵੀ ਅਸੀਂ ਅਮਰੀਕਾ ਦੀ ਦਾਦਾਗਰੀ ਨਹੀਂ ਚੱਲਣ ਦੇਵਾਂਗੇ ਜੀ ਤੇ ਅਮਰੀਕਾ ਨੂੰ ਜਦੋਂ ਮੌਕਾ ਮਿਲਿਆ ਉਹ ਇਰਾਕ ਦੇ ਇੱਕ ਆਡੇ ਤੇ ਗਿਆ ਤੇ ਉਹਨੂੰ ਪਤਾ ਲੱਗਾ ਵੀ ਇਹ ਹੈ ਤੇ ਉਹਨਾਂ ਨੇ ਕਿਹਾ ਵੀ ਠੋਕ ਦੇ ਉਹਨੂੰ ਫਿਰ ਉਹਨੂੰ ਮਾਰ ਦਿੱਤਾ ਗਿਆ ਜੀ ਉਹਦੇ ਮਾਰਨ ਤੋਂ ਬਾਅਦ ਉਹਦੇ ਪ੍ਰਤੀ ਹਮਦਰਦੀ ਜਿਹੜੀ ਕੱਲੀ ਇੱਥੇ ਨਹੀਂ ਦੁਨੀਆ ਭਰ ਦੇ ਲੋਕਾਂ 'ਚ ਹਮਦਰਦੀ ਆਈ ਵੀ ਅਮਰੀਕਾ ਦੀ ਗੁੰਡਾਗਰਦੀ ਕਰਕੇ ਉਹਨੂੰ ਮਾਰਿਆ ਵਾ ਜੀ ਇਰਾਕ ਨੇ ਜਿਹੜਾ ਈਰਾਨ ਨੇ ਜਿਹੜਾ ਸੀ ਉਹ ਜਵਾਬੀ ਜਵਾਬ ਦਿੱਤਾ ਵੀ ਅਸੀਂ ਵੀ ਬਰਾਬਰ ਦੇ ਹਮਲੇ ਕਰਾਂਗੇ ਉਹਨਾਂ ਪਹਿਲਾਂ ਹਮਲਾ ਕੀਤਾ ਸੀਗਾ ਤੇ ਉਹਦੇ ਵਿੱਚ ਜਿਹੜਾ ਸੀ ਉਹ ਕੋਈ ਬਹੁਤਾ ਨੁਕਸਾਨ ਨਹੀਂ ਹੋ ਸਕਿਆ ਅੱਜ ਫਿਰ ਉਹਨਾਂ ਹਮਲਾ ਕੀਤਾ ਵੀ ਕਿ ਮਜ਼ਾ ਹੀ ਛੁਲਟੀ ਉਹਨਾਂ ਦੀ ਫੌਜੀ ਸੌਣੀ ਦੇ ਉੱਤੇ ਜਿਹੜੀ ਇਰਾਕ ਦੇ ਵਿੱਚ ਹੈ ਆਪਣੀ ਬੈਠੀ ਇਹਨਾਂ ਦੀ ਆਪਣੀ ਅਮਰੀਕਾ ਦੀ ਹੁਣ ਅਮਰੀਕਾ ਦੇ ਰਾਸ਼ਟਰਪਤੀ ਕਹਿੰਦਾ ਵੀ ਅਸੀਂ 52 ਇਹੋ ਜਿਹੀਆਂ ਛੜੀਆਂ ਥਾਵਾਂ ਜਿਹੜੀਆਂ ਉਹ ਜਿਹੜੀਆਂ ਅਸੀਂ ਉਹਨਾਂ ਦੀ ਰੱਖੀ ਕੀਤੀ ਹੈ ਜਿੰਨਾਂ ਤੇ ਅਸੀਂ ਹਮਲਾ ਕਿਸੇ ਵੇਲੇ ਵੀ ਕਰ ਸਕਦੇ ਹਾਂ ਜੀ ਜੀ ਤੇ ਜੇ ਇਹ ਲੜਾਈ ਵੱਧਦੀ ਹੈ ਤੇ ਮੈਂ ਸੋਚਦਾ ਵੀ ਇਹਦਾ ਨੁਕਸਾਨ ਬੜਾ ਵੱਡਾ ਹੋਏਗਾ ਲੇਕਿਨ ਮੈਂ ਇਹ ਗੱਲ ਕਹੂੰਗਾ ਵੀ ਜੇ ਕੀਤੇ ਵਰਲਡ ਵਾਰ ਦੀਆਂ ਗੱਲਾਂ ਹੋ ਰਹੀਆਂ ਹਨ ਜੀ ਜੇ ਵਰਲਡ ਵਾਰ ਲੱਗਦੀ ਆ ਤੇ ਫਿਰ ਇੱਕ ਵਾਰੀ ਫਿਰ ਕੋਈ ਬਾਬਾ ਆਦਮ ਆ ਕੇ ਨਵੀਂ ਦੁਨੀਆ ਪੈਦਾ ਕਰੂਗਾ ਨਾ ਜਸਬੀਰ ਪਲਟੀ ਦੇ ਨਾ ਵਜੀਰ ਸਿੰਘ ਇਹਦਾ ਟੀਵੀ ਤੇ ਬੈਠ ਕੇ ਗੱਲ ਨਹੀਂ ਕਰ ਸਕਣਗੇ ਜੀ ਇਹਨਾਂ ਦਾ ਕੋਈ ਅਸ਼ੁਰ ਹੋ ਰਹੀ ਹੋਵੇਗਾ ਇਸ ਕਰਕੇ ਵਰਲਡ ਵਾਰ ਲੱਗਣ ਦੇ ਚਾਂਸ ਘੱਟ ਜੀ ਅੱਜ ਜਿਹੜਾ ਮੈਂ ਅਮਰੀਕਾ ਚਾਹੁੰਦਾ ਵੀ ਇਰਾਕ ਦੇ ਵਿੱਚੋਂ ਆਪਣੇ ਅੱਡਿਆਂ ਦੇ ਉੱਤੋਂ ਉਹਦੇ ਅੱਡਿਆਂ ਤੋਂ ਜਿਹੜਾ ਅਸੀਂ ਈਰਾਨ ਤੇ ਹਮਲਾ ਕਰੇ ਕਿ ਅਮਰੀਕਾ ਦੇ ਏਡੀ ਦੂਰੋਂ ਆ ਕੇ ਹਮਲੇ ਕਰਨੇ ਬੜੇ ਮੁਸ਼ਕਲ ਆ ਹਾਂ ਜੀ ਇਰਾਕ ਨੂੰ ਜ਼ਾਸਤ ਨਹੀਂ ਦੇ ਰਿਹਾ ਵੀ ਤੁਸੀਂ ਮੇ ਸਾਡੇ ਵੱਲੋਂ ਕਿਉਂ ਕਹਿੰਦਾ ਵੀ ਸਾਡੇ ਖੇਤਰ ਚ ਰਹਿਣਾ ਅਸੀਂ ਕਿੱਥੇ ਚ ਰਹਿਣਾ ਵਾ ਜੀ ਸਾਡੀ ਕਲ ਨੂੰ ਨੁਕਸਾਨ ਨੂੰ ਤੁਸੀਂ ਚਲ ਜਿਓਗੇ ਆਪਣਾ ਕੰਮ ਕਰਕੇ ਉਹਨੇ ਮੜ ਕੇ ਫਕਾਨਸਤਾਨ ਨੂੰ ਕਿਹਾ ਫਕਾਨਸਤਾਨ ਨੇ ਕਹਿਤਾ ਵੇਖੋ ਜੀ ਅੱਗੇ ਤਾਲਿਬਾਨ ਨੇ ਕਿੰਨਾ ਰੋਲਾ ਪਾਇਆ ਸੀ ਤੁਹਾਡੇ ਕਿੰਨੇ ਸੈਨਿਕ ਮਰੇ ਸਾਡਾ ਕਿੰਨਾ ਨੁਕਸਾਨ ਹੋਇਆ ਸੀ ਤੁਸੀਂ ਮਿਹਰਬਾਨੀ ਕਰੋ ਇੱਥੋਂ ਨਾ ਵਰਤੋ ਜੀ ਤੀਸਰਾ ਆ ਗਿਆ ਜੀ ਇੰਡੀਆ ਇੰਡੀਆ ਦੇ ਸਾਡੇ ਮੋਦੀ ਸਾਹਿਬ ਨੇ ਵੀ 트ੰਪ ਨਾਲ ਇੱਕ ਸਮਝੌਤਾ ਕੀਤਾ ਵੀ ਜੇ ਲੋੜ ਪੈਣ ਤੇ ਅਮਰੀਕਨ ਜਈ ਆਰਮੀ ਆ ਉਹ ਹਿੰਦੁਸਤਾਨ ਦੇ ਅੱਡੇ ਜਿਹੜੇ ਹਵਾਈ ਅੱਡੇ ਜਿਹੜੇ ਆ ਫਾਈਟਰ ਦੇ ਵਰਤ ਸਕਦੀ ਆ ਜੇ ਹਿੰਦੁਸਤਾਨ ਦੇ ਵਿੱਚ ਵਰਤਦੀ ਆ ਤੇ ਫਿਰ ਲੜਾਈ ਇਰਾਨ ਦੇ ਰਾਖ ਦੀ ਤੇ ਪਾਕਿਸਤਾਨ ਵੀ ਆਪਣਾ ਬਾਰਡਰ ਖੋਲ ਸਕਦਾ ਵਾ ਫਰਗਾਨਿਸਤਾਨ ਵੀ ਖੋਲ ਸਕਦਾ ਤੇ ਫਿਰ ਸਾਡੇ ਲਈ ਮੁਸੀਬਤ ਕਾ ਹੋਏਗੀ ਇਸ ਕਰਕੇ ਮੈਂ ਸੋਚਦਾ ਵੀ ਇਹ ਹਿੰਦੁਸਤਾਨ ਨੂੰ ਗਲਤੀ ਨਹੀਂ ਕਰਨੀ ਚਾਹੀਦੀ ਜੀ ਤੇ ਅਮਰੀਕਾ ਦਾ ਦਾਗਰੀ ਤੇ ਹੈਗੀ ਆ ਸਾਊਦੀ ਅਰਬੀ ਜਿਹੜਾ ਇਰਾਨ ਦੇ ਖਿਲਾਫ ਹੈਗਾ ਵਾ ਉਹਨਾਂ ਦੀ ਆਪਸ ਵਿੱਚ ਲੜਾਈ ਕਿਸੇ ਵੇਲੇ ਲੱਗ ਸਕਦੀ ਆ ਜੇ 사우ਦੀ ਅਰਬ ਦੀ ਲੜਾਈ ਲੱਗ ਜਾਂਦੀ ਆ ਤੇ ਫਿਰ ਅਮਰੀਕਾ ਤੋਂ ਆਉਣ ਦੀ ਲੋੜ ਨਹੀਂ ਉਹ 사우ਦੀ ਅਰਬ ਨੂੰ ਫ੍ਰੀ ਹਥਿਆਰ ਦੇਵੇਗਾ ਫ੍ਰੀ ਬਾਰੂਦ ਦੇਵੇਗਾ ਲੋ ਜੀ ਤੁਸੀਂ ਲੜੋ ਇਰਾਨ ਨੂੰ ਬਰਬਾਦ ਕਰੋ ਇਸਨੂੰ ਫ੍ਰੀ ਚੀਜ਼ਾਂ ਦਿੰਦੇ ਆ ਜੀ ਜੀ ਲੇਕਿਨ ਮੇਰਾ ਖਿਆਲ ਵੀ 사우ਦੀ ਅਰਬ ਸ਼ਾਇਦ ਗਲਤੀ ਕਰੇ ਉਹ ਸ਼ੇਖ ਹੈਗੇ ਨੇ ਸ਼ੇਖ ਬੜੇ ਸਿਆਣੇ ਤੇ ਸੂਝੇ ਹੋਏ ਹੁੰਦੇ ਆ ਉਹ ਸ਼ਬਦੀ ਜੰਗ ਜਿੰਨੀ ਮਰਜੀ ਲੜਨ ਲੇਕਿਨ ਜਿਹੜੀ ਬਾਰੂਦ ਦੀ ਜੰਗ ਲੜਨ ਤੋਂ ਸੁਚੇਤ ਜਿਹੜੇ ਉਹ ਬਿਲਕੁਲ ਜਿਹੜੇ ਇਸੇ ਮੇਰੇ ਖਿਆਲ ਸੁਚੇਤ ਰਹਿਣਗੇ ਅੱਜ ਦੀ ਡੇਟ ਦੇ ਵਿੱਚ ਜੇ ਅਸੀਂ ਕਹੀਏ ਤੇ 80% ਦੀ ਵਪਾਰ ਜਿਹੜਾ ਸਾਡਾ ਸੀ ਈਰਾਨ ਦਾ ਹੁੰਦਾ ਸੀਗਾ ਤੇਲ ਸਾਰਾ ਸਾਨੂੰ ਉੱਥੋਂ ਆਉਂਦਾ ਸੀ ਇੱਥੋਂ ਸਮਾਨ ਜਾਂਦਾ ਸੀ ਉੱਥੋਂ ਆਉਂਦਾ ਸੀ ਲੇਕਿਨ ਜਦੋਂ ਦੀ ਅਮਰੀਕਾ ਨੇ ਉੱਤੇ پابੰਦੀ ਲਾਈ ਆ ਜੀ ਇੰਡੀਆ ਦਾ ਵੀ ਬਹੁਤ ਵੱਡਾ ਨੁਕਸਾਨ ਹੋਇਆ ਵਾ ਹੁਣ ਤੁਸੀਂ ਵੇਖੋ ਕੱਲ ਪਰਸੋਂ ਰੇਟ ਵੜੇ ਤੇ ਤੇਲ ਦੇ ਜੇ ਇਸੇ ਤਰੀਕ ਜਿਹੜੀ ਸਥਿਤੀ ਜਿਹੜੀ ਅਰਬ ਕੰਟਰੀਜ਼ ਦੀ ਬਣੀ ਰਹੀ ਤੇ ਆਉਣ ਵਾਲੇ ਸਮੇਂ ਜਿਹੜੇ ਆ ਜਿਹੜੇ ਪੈਟਰੋਲ ਦੇ ਤੇ ਡੀਜ਼ਲ ਦੇ ਰੇਟ ਜਿਹੜੇ ਆ ਉਹ ਸਮਾਨ ਨੂੰ ਛੂ ਸਕਦੇ ਨੇ ਜੀ ਪੱਟੀ ਸਾਹਿਬ ਆਖਰੀ ਇੱਕ ਪਏ ਤੁਹਾਨੂੰ ਛੋਟਾ ਸਵਾਲ ਆ ਜੋ ਨਰਬੈ ਕਾਂਡ ਦੇ ਵਿੱਚ ਜਿਹੜਾ ਹੁਣ ਫਾਂਸੀ ਸਜ਼ਾ ਹੋਈ ਹੈ ਬਹੁਤ ਵੀ ਜਲਦੀ ਉਹਨਾਂ ਨੂੰ ਫਾਂਸੀ ਦੇ ਦਿੱਤੀ ਜਾਣੀ ਆ ਔਰ ਉਹਦੇ ਵਿੱਚ ਮੈਂ ਇਹ ਵੇਖੋ ਕਿ ਕਾਨੂੰਨੀ ਕਿਤੇ ਬਦਲਾ ਲਓ ਨੀਤੀ ਜਾਂ ਇਹ ਲੱਗਦਾ ਆ ਹੌਨਲੇ ਸਮਝ ਵੀ ਇਸ ਤਰ੍ਹਾਂ ਵੇਖੋ ਜੀ ਅਦਾਲਤਾਂ ਫੈਸਲੇ ਕਰਦੀਆਂ ਵਾ ਇਨਸਾਫ ਨਹੀਂ ਕਰਦੀਆਂ ਇਨਸਾਫ ਦਾ ਮਤਲਬ ਇਹ ਹੁੰਦਾ ਵੀ ਉਹਨਾਂ ਦੀ ਮਾਨਸਿਕਤਾ ਬੜੀ ਕੀਤੀ ਜਾਵੇ ਲੇਕਿਨ ਉਹਨਾਂ ਨੇ ਇੱਕ ਪਲਾਨਡ ਪ੍ਰੋਗਰਾਮ ਨਹੀਂ ਸੀ ਬੇਜ਼ ਬਲਤ ਕਰਨਾ ਕਰਨਾ ਸੀ ਜੀ ਇਹਨਾਂ ਐ ਕੁਝ ਕਰਨਾ ਇਹ ਜੋ ਕੁਝ ਵਾਪਰਿਆ ਛਡਲੀ ਵਾਪਰਿਆ ਜੀ ਲੇਕਿਨ ਸਾਡੇ ਦੇਸ਼ ਦੇ ਲੋਕਾਂ ਦੀ ਮੰਗ ਸੀ ਬੜੇ ਮਜ਼ਾਰੇ ਹੋਏ ਬੜੇ ਪ੍ਰੋਟੈਸਟ ਹੋਏ ਪੀਨ ਨੂੰ ਜਿਹੜੀ ਬਲਾਤਕਾਰ ਕੀਤੀ ਤਾਂ ਫਾਂਸੀ ਸਹ ਦਿੱਤੀ ਜਾਵੇ ਜੀ ਇਹ ਮਾਮਲਾ ਉਸ ਪਿੱਛੇ ਪਿਛਲੇ 85 ਮਹੀਨੇ ਤੋਂ ਚੱਲਦਾ ਸੀਗਾ 7 7 ਸਾਲ ਤੇ 22 ਮਹੀਨੇ 22 ਦਿਨ ਹੋ ਗਏ ਚੱਲਦਿਆਂ ਨੂੰ ਜੀ ਉਦੋਂ ਤੱਕ ਕੁਝ ਨਹੀਂ ਪਤਾ ਕੁਝ ਹੋਇਆ ਸਲੋ ਸਪੀਡ ਤੇ ਚੱਲਦਾ ਸੀਗਾ ਜੀ ਲੇਕਿਨ ਜਦੋਂ ਤੇਲੰਗਾਨਾ ਦੇ ਵਿੱਚ ਹਾਈਦਰਾਬਾਦ ਤੇਲੰਗਾਨਾ ਦੇ ਹਾਈਦਰਾਬਾਦ ਵਿੱਚ ਉਹ ਡਾਕਟਰ ਜਿਹੜੀ ਸੀ ਵਿਚਾਰੀ ਉਹਦਾ ਬਲਾਤਕਾਰ ਹੋਇਆ ਉਹ ਮਰ ਗਿਆ ਉਹਦਾ ਕਤਲ ਕੀਤਾ ਗਿਆ ਉਹਦੇ ਦੋਸ਼ੀਆਂ ਨੂੰ ਹਵਾਦਾਰਚੋਂ ਕੱਢ ਕੇ ਜਿਸ ਤਰੀਕੇ ਨਾਲ ਉਹਨਾਂ ਨੇ ਮੁਕਦਮ ਝੂਠਾ ਮੁਕਾਬਲਾ ਬਣਾਇਆ ਗਿਆ ਉਸ ਤੋਂ ਬਾਅਦ ਜਿਹੜਾ ਸੀ ਕਾਫੀ ਇਸ ਕਾਰਨ ਨੇ ਇਸ ਕੇਸ ਨੇ ਵੀ ਬੜੀ ਕਰਵਟ ਲਈ ਜੀ ਇਹਦੇ ਵਿੱਚ ਵੀ ਤੇਜ਼ੀ ਆਈ ਉਹਦੇ ਵਿੱਚ ਜਿਸ ਦਿਨ ਪਹਿਲੇ ਆ ਜਿਸ ਦਿਨ ਉਹ ਕੁੜੀ ਦਾ ਇਹਨਾਂ ਦੀ ਖਾਜ ਅਪੀਲ ਖਾਜ ਹੋਈ ਸੀ ਸੁਪਰੀਮ ਕੋਰਟ ਦੇ ਵਿੱਚੋਂ ਉਸ ਦਿਨ ਨਰਬਾਇਆ ਦੀ ਮਾਂ ਜਿਹੜੀ ਜਾ ਕੇ ਜੱਜ ਕੋਲੇ ਗਈ ਸੀ ਜਿਹੜੀ ਸਦੀ ਪਟਿਆਲਾ ਕੋਰਟ ਉੱਥੇ ਆਪਣੇ ਆਪਣੇ ਦਿੱਲੀ ਦੇ ਵਿੱਚ ਤੇ ਜੱਜ ਨੂੰ ਜਾ ਕੇ ਕਿਹਾ ਸੀ ਵੀ ਇਹਨਾਂ ਦੇ ਡੈਥ ਵਾਰਡ ਤੇ ਸਾਈਨ ਕਰੋ ਤੋ ਜੱਜ ਨੇ ਕਿਹਾ ਸੀ ਬੀਬੀ ਜੀ ਇਹ ਕੋਈ ਪ੍ਰਕਿਰਿਆ ਹੁੰਦੀ ਆ ਜੇ ਸੁਲ ਨੂੰ ਪੁੱਛਣਾ ਪਊ ਇਹਨਾਂ ਦੀ ਸਿਹਤ ਠੀਕ ਆ ਇਹ ਠੀਕ ਨੇ ਉਸ ਤੋਂ ਬਾਅਦ ਬਣੂਗੀ ਤੇ ਉਦੋਂ ਉਹਨੇ ਕਿਹਾ ਜੀ ਇਨਸਾਫ ਮਿਲਦੀ ਸਾਨੂੰ ਅਜੇ ਪੂਰੀ ਆਸ ਨਹੀਂ ਲੇਕਿਨ ਕੱਲ ਜਦੋਂ ਜੱਜ ਨੇ ਉਹਨਾਂ ਦੇ ਡੈਥ ਵਾਰਡ ਤੇ ਸਾਈਨ ਕਰ ਦਿੱਤੇ ਵੀ 22 ਜਨਵਰੀ ਨੂੰ ਇਹਨਾਂ ਨੂੰ ਸਵੇਰੇ 7 ਵਜੇ ਫਾਂਸੀ ਦਿੱਤੀ ਜਾਊਗੀ ਮੇਰੇ ਤੋਂ ਜਲਾਦ ਨੂੰ ਵੀ ਕਹਿ ਦਿੱਤਾ ਕਿ ਆ ਕੇ ਤਿਆਰੀ ਕਰੋ ਤੁਸੀਂ ਜਿਹੜੀ ਫਾਂਸੀ ਦੀ ਜਿਹੜੀ ਆ ਇਹਦਾ ਮਨਾਉਣਾ ਢਾਂਚਾ ਬਣਾਉਣਾ ਉਹ ਬਣਾਓ ਬਣਾ ਕੇ ਪੂਰੀ ਤਿਆਰੀ ਕਰੋ ਉਹਨੂੰ ਵੀ ਕਹਿ ਦਿੱਤਾ ਗਿਆ ਲੇਕਿਨ ਜਿਹੜੇ ਇਹਨਾਂ ਦੇ ਦੋਸ਼ੀਆਂ ਦੇ ਵਕੀਲ ਉਹਨਾਂ ਨੇ ਕਿਹਾ ਸਿਕਿਉਰਿਟੀਟੀ ਦੀ ਇੱਕ ਅਪੀਲ ਦਾਖਲ ਕਰਾਂਗੇ ਜੇ ਕਿਤੇ ਉਹ ਅਪੀਲ ਸੁਪਰੀਮ ਕੋਰਟ ਚ ਐਡਮਿਟ ਹੁੰਦੀ ਹੈ ਤੇ ਫਿਰ ਹੋ ਸਕਦਾ ਪੋਸਿਬਿਲਿਟੀ ਹੈ ਵੀ ਥੋੜੀ ਜਿਹੀ ਹੋਰ ਲੇਟ ਹੋ ਜਾਵੇ ਫਾਂਸੀ ਕਿਉਂਕਿ ਇੱਕ ਮੈਨਨਸੀ ਉਹਦੀ ਫਾਂਸੀ ਵੀ ਇਸ ਤਰ੍ਹਾਂ ਲੇਟ ਹੋਈ ਸੀ ਡੈਥ ਵਰਨਟ ਤੇ ਸਾਈਨ ਹੋਣ ਤੋਂ ਬਾਅਦ ਵੀ ਜਿਹੜਾ ਸੀ ਉਹ ਫਾਂਸੀ ਨਹੀਂ ਦਿੱਤੀ ਜਾ ਸਕੀ ਸਾਡੇ ਕੋਲ ਬਦਵੰਤ ਸਿੰਘ ਰਾਜੋਆਣਾ ਉਹਦੇ ਡੈਥ ਵਰਨਟ ਤੇ ਸਾਈਨ ਹੋ ਗਏ ਸੀ ਲੇਕਿਨ ਫਾਂਸੀ ਨਹੀਂ ਦਿੱਤੀ ਜਾ ਸਕੀ ਸੀ ਇਸ ਵੇਲੇ ਕੱਲ ਜਦੋਂ ਇਹ ਮੰਜ਼ਰ ਵੇਖਣ ਵਾਲਾ ਸੀ ਕਿਉਂ ਬੜਾ ਭਿਆਨਕ ਮਜਰ ਸੀਗਾ ਇੱਕ ਪਾਸੇ ਨਿਰਬੈ ਦੀ ਮਾਂ ਜਿਹੜੀ ਸੀ ਉਹ ਦਾਦਾ ਸੀ ਦੂਜੇ ਪਾਸੇ ਅਕਸ਼ੇ ਜਿਹੜਾ ਇੱਕ ਦੋਸ਼ੀ ਆ ਉਹਦੀ ਮਾਂ ਅਦਾਲਤ ਸੀਗੀ ਜਦੋਂ ਜੱਜ ਨੇ ਡੈਥ ਵਰਡ ਤੇ ਸਾਈਨ ਕੀਤੇ ਤੇ ਨਿਰਬੈ ਦੀ ਮਾਂ ਦੀਆਂ ਅੱਖਾਂ ਦੇ ਖੁਸ਼ੀ ਦੇ ਅਥਰੂ ਸੀ ਤੇ ਉਹਨੇ ਖੁਸ਼ੀ ਮਹਿਸੂਸ ਕੀਤੀ ਤੇ ਧੰਨਵਾਦ ਕੀਤਾ ਡਾਕਟਰ ਦਾ ਦੂਜੇ ਪਾਸੇ ਮੰਜਰ ਰਸੀਪੀ ਜਿਹੜਾ ਅਕਸ਼ੇ ਦੀ ਮਾਂ ਸੀ ਉਹਦੀਆਂ ਉਹਦੇ ਵਿੱਚ ਦੁੱਖ ਦੇ ਅਥਰੂ ਸੀ ਤੇ ਉਹ ਰੋ ਕੇ ਜੱਜ ਉਗੇ ਗੜਗੜਾ ਕੇ ਕਹਿ ਰਹੀ ਸੀ ਕਿ ਮੇਰੇ ਬੇਟੇ ਨੂੰ ਬਖਸ਼ ਦਿੱਤਾ ਜਾਵੇ ਉਹਨੇ ਜਾਣਬੁੱਝ ਕੇ ਕੁਛ ਨਹੀਂ ਕੀਤਾ ਉਹ ਨਿਰਦੋਸ਼ ਆ ਹਾਲ ਦੀ ਘੜੀ ਜਿਹੜਾ ਵਾ ਉਹ ਇੱਕ ਫੈਸਲਾ ਹੋਇਆ ਵਾ ਇਨਸਾਫ ਨਹੀਂ ਇਨਸਾਫ ਹੁੰਦਾ ਤਾਂ ਤੜੀ ਹੁੰਦਾ ਵੀ ਜੇ ਕਿਤੇ ਇਹਨਾਂ ਦੀ ਮਾਨਸਿਕਤਾ ਨੂੰ ਪੂਰੀ ਪੜਿਆ ਜਾਂਦਾ ਵੀ ਇਹਨਾਂ ਜਾਣ ਬੁੱਝ ਕੇ ਕੀਤਾ ਗਿਆ ਕਿ ਸੱਟ ਨਹੀਂ ਕੀਤਾ ਜਿਵੇਂ ਲੋਕਾਂ ਦੇ سارے ਦੇਸ਼ਵਾਸੀਆਂ ਦੀ ਡਿਮਾਂਡ ਸੀ ਫਾਂਸੀ ਲਾਈ ਜਾਵੇ ਜੇ ਇਹਨਾਂ ਨੂੰ ਫਾਂਸੀ ਲੱਗਦੀ ਤੇ ਆਉਣ ਵਾਲੇ ਸਮੇਂ 'ਚ ਇਹ ਫਾਂਸੀ ਦਾ ਰਸਤਾ ਹੋਰ ਖੁੱਲ ਜਾਏਗਾ ਅਮਰਤ ਪੰਜਾਬ ਦੀ ਮੈਂ ਗੱਲ ਕਰਦਾ ਪੰਜਾਬ ਦੇ ਵਿੱਚ 1986 ਤੋਂ ਬਾਅਦ ਕਿਸੇ ਨੂੰ ਫਾਂਸੀ ਨਹੀਂ ਲਾਈ ਗਈ ਬਾਹਰ ਲੱਗਦੀ ਰਹੀ ਪੰਜਾਬ 'ਚ ਨਹੀਂ ਲੱਗੀ ਲੇਕਿਨ ਇਹ ਜਿਹੜੀ ਫਾਂਸੀ ਆ ਇਹ ਲੱਗਣ ਤੋਂ ਬਾਅਦ ਜਿਹੜਾ ਵਾ ਇਹਦੇ ਕਈ ਤਰ੍ਹਾਂ ਦੇ ਇਹਦੇ ਤੇ ਜਿਹੜੀ ਸਾਡੇ ਬੁੱਧੀਜੀਵੀ ਵਰਗ ਦੇ ਲੋਕ ਟਿੱਪਣੀਆਂ ਕਰਨਗੇ ਫਾਂਸੀ ਲੱਗਣੀ ਚਾਹੀਦੀ ਕਿ ਨਹੀਂ ਲੱਗਣੀ ਚਾਹੀਦੀ ਕੋਈ ਨਾ ਕਿ ਯੂਰੋਪੀਅਨ ਕੰਟਰੀ ਹੈਗੇ ਉੱਥੇ ਫਾਂਸੀ ਸਜ਼ਾ ਹੈ ਹੀ ਨਹੀਂ ਲੇਕਿਨ ਉਹ ਬੰਦੇ ਨੂੰ ਇੰਨਾ ਕਿ ਜੇਲ੍ਹ ਛੁੱਟ ਦਿੰਦੇ ਆ ਵੀ ਉਹਨੂੰ ਬਾਹਰ ਦਾ ਪਤਾ ਦਦਾ ਅੰਦਰ ਪਤਾ ਲੱਗਦਾ ਉਹ ਸਾਰੀ ਉਮਰ ਹੀ ਉਹਦੀ ਜੇਲ੍ਹ ਚ ਬਿਜ ਜਾਂਦੀ ਹੈ ਸਜ਼ਾ ਇਹੋ ਜੀ ਤੇ ਚਾਹੀਦੀ ਸ਼ੇ ਇਹਨਾਂ ਨੂੰ ਵੀ ਇਹੋ ਸਜ਼ਾ ਹੁੰਦੀ ਵੀ ਜੇਲ੍ਹ ਦੇ ਵਿੱਚ ਹੀ ਸਾਰੀ ਉਮਰ گزارਦੇ ਇਹਨਾਂ ਦੀ ਮੁਲਾਕਾਤਾਂ ਬੰਦ ਕੀਤੀ ਜਾਂਦੀਆਂ ਸਭ ਕੁਝ ਬੰਦ ਕੀਤਾ ਲਓ ਜੀ ਤੁਸੀਂ ਤੇ ਇਹਦੇ ਵਿੱਚ ਜਿਹੜਾ ਇੱਕ ਮੁੰਡਾ ਜਿਹੜੀ ਸ਼ਾਦੀ ਮੇਕਾ ਸ਼ਦ ਅਕਸ਼ਰ ਦੀ ਸ਼ਾਦੀ ਹੋਈ ਉਹਦੀ ਪਤਨੀ ਨੇ ਕਿਹਾ ਮੈਨੂੰ ਵੀ ਫਾਂਸੀ ਲਾ ਦਿਓ ਮੈਂ ਜੀ ਕੇ ਕੀ ਕਰਨਾ ਮੈਂ ਮੇਰੇ ਬੱਚੇ ਛੋਟੇ ਛੋਟੇ ਕਿ ਮੈਂ ਜੀ ਕੀ ਤੇ ਮੈਨਰੇ ਘਰਾਂ ਲਾ ਦਿੱਤਾ ਵਾ ਇਹਦੇ ਬਾਰੇ ਮੈਂ ਸੋਚਦਾ ਵੀ ਉਹ ਜਿਹੜਾ ਪਰਿਵਾਰ ਉਹਨੂੰ ਵੀ ਥੋੜੀ ਜੀ ਵਿਚਾਰ ਕਰਨੀ ਚਾਹੀਦੀ ਵੀ ਜੇ ਇਹਨਾਂ ਨੂੰ ਉਮਰ ਕੈ ਦੀ ਸਜ਼ਾ ਦਿੱਤੀ ਜਾਵੇ ਤਾਂ ਫਾਂਸੀ ਨਾਲੋਂ ਬਿਹਤਰ ਹੋਏਗੀ ਫਾਂਸੀ ਦਿੱਤੀ ਬੰਦਾ ਮਾਰ ਕੇ ਖਤਮ ਹੋ ਗਿਆ ਜੀ ਕਹਾਣੀ ਖਤਮ ਲੇਕਿਨ ਜੇ ਉਹਨਾਂ ਨੂੰ ਉਹ ਉਮਰ ਕਾ ਜਿਸ ਸੈਤੀ ਹੋਗੀ ਅੰਦਰ ਉਹਨਾਂ ਨੂੰ ਜਿਹੜੀ ਪਨਿਸ਼ਮੈਂਟ ਦਿੱਤੀ ਹੋਊਗੀ ਤੇ ਜਿਹੜੇ ਆਉਣ ਵਾਲੇ ਬਾਕੀ ਲੋਕਾਂ ਨੂੰ ਇੱਕ ਗੱਲ ਦੀ ਜ਼ਰੂਰ ਸਬਕ ਮਿਲੇਗਾ ਵੀ ਜਿਹੜੇ ਬੰਦੇ ਇਹੋ ਜੇ ਕੰਮ ਕਰਦੇ ਉਹਨਾਂ ਦਾ ਹਾਲਤ ਕੀ ਹੁੰਦੀ ਹੈ ਠੀਕ ਹੈ ਸੋ ਦਰਸ਼ਕੋ ਤੁਸੀਂ ਵੇਖਿਆ कि ਜਿਹੜਾ ਆਉਣ ਵਾਲਾ ਸਮਾਂ ਆ ਉਹਦੇ ਵਿੱਚ ਅਸੀਂ ਵੇਖਿਆ ਕਿ ਜੋ ਲੋਕ ਮੁਜ਼ਾਹਰਾ ਕਰਦੇ ਨੇ ਪੱਤੀ ਸਾਹ ਉਹਨਾਂ ਗੱਲ ਤੋਂ ਲੱਗਾ ਹੈ ਕਿ ਉਹ ਲੋਕਾਂ ਦੇ ਮੁਜ਼ਾਹਰੇ ਜਿਹੜੇ ਆ ਉਹ ਸਰਕਾਰਾਂ ਦੇ ਫੈਸਲੇ ਜਾਂ ਕਾਨੂੰਨ ਦੇ ਫੈਸਲੇ ਨੂੰ ਬਦਲਦੇ ਚ ਕਾਫੀ ਅੱਜਕੱਲ ਸਹਾਇੀ ਹੋ ਰਹੇ ਆ ਔਰ ਆਉਣ ਵਾਲੇ ਸਮੇਂ 'ਚ ਵੇਖਣ ਵਾਲੀ ਗੱਲ ਹੈ ਕਿ ਜੋ 84 ਦੇ ਵਿੱਚ ਦਿੱਲੀ ਦੇ ਵਿੱਚ ਇੰਨੀਆਂ નિર્ਦੋਸ਼ ਧੀਆਂ ਭੈਣਾਂ ਨਾਲ ਇਹੀ ਕੁਝ ਹੋਇਆ ਹੈ ਕਿ ਆਉਣ ਵਾਲੇ ਸਮੇਂ ਦੇ ਵਿੱਚ ਜੋ ਉੱਥੋਂ ਦੇ ਲੋਕ ਆ ਉਹ ਜਾਗਣਗੇ ਜਾਂ ਉਹਨਾਂ ਗੱਲਾਂ ਬਾਰੇ ਉਹਨਾਂ ਜਿੰਨੇ ਵੀ ਉਬਲਾਤ ਕਰਾਏ ਉਹਨਾਂ ਬਾਰੇ ਵੀ ਕਦੀ ਕੋਈ ਗੱਲ ਕਰੂਗਾ